ਮੋਗਾ ਤੇ ਤੁਸੀਂ ਸੁਣਿਆ ਹੋਊਗਾ ਲਛਮਣ ਸਿੰਘ ਜੀ ਗੈਲਾ ਮੁੱਖ ਮੰਤਰੀ ਪੰਜਾਬ ਅਤੇ ਜਿਹੜੇ 60-65 ਦੇ ਦਹਾਕਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ ਅਤੇ ਕਈ ਉਹਨਾਂ ਟਾਈਮਾਂ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਚਲੋ ਉਹਦੇ ਬਾਰੇ ਵੀ ਤੁਹਾਨੂੰ ਸਾਰਾ ਦੱਸਾਂਗੇ ਅਤੇ ਸਾਡਾ ਕਹਿਣ ਦਾ ਜਿਹੜਾ ਮੇਨ ਮਕਸਦ ਵੀਡੀਓ ਬਣਾਉਣ ਦਾ ਜੇ ਹੈ ਵੀ ਅਸੀਂ ਅੱਜ ਸਾਡੇ ਕਲਾ ਕੇਂਦਰ ਤੋਂ ਸਾਡੇ ਆਰਟ ਪੁਆਇੰਟ ਤੋਂ ਅੱਜ ਤੋਂ 15 ਸਾਲ ਪਹਿਲਾਂ ਇਹ ਸਟੈਚੂ ਬਣ ਕੇ ਆਇਆ ਸੀਗਾ ਸੀਮਿੰਟ ਕੌਂਕਰੀਟ ਦਾ ਅਤੇ ਅੱਜ ਛੱਤ ਦੇ ਥੱਲੇ ਆ ਸਟੈਚੂ ਇਹ 15 ਸਾਲਾਂ ਬਾਅਦ ਥੋੜ੍ਹਾ ਰੀਟਚਿੰਗ ਕਰ ਦਿੱਤੀ ਇਹਦੀ ਇਹ ਉਂਗਲ ਫ੍ਰੈਕਚਰ ਹੋ ਗਈ ਸੀ ਕਿਉਂਕਿ ਸੀਮਿੰਟ ਕੌਂਕਰੀਟ ਦੇ ਜਿਹੜੇ ਸਟੈਚੂ ਉਹਨਾਂ ਦੀ ਤਕਰੀਬਨ ਕੰਪਲੀਟ ਆ ਜਾਂਦੀ ਉਂਗਲ ਵਗੈਰਾ ਜਿਹੜੀਆਂ ਬਰੀਕ ਚੀਜ਼ਾਂ ਉਹ ਫ੍ਰੈਕਚਰ ਹੋ ਜਾਂਦੀਆਂ ਅਤੇ ਹੁਣ ਅਸੀਂ ਇਹ ਰਿਪੇਅਰ ਕਰਕੇ ਉਂਗਲ ਵਿੱਚੋਂ ਇਹਦੇ ਰੋਡ ਲੈ ਕੇ ਫਾਈਬਰ ਗਲਾਸ ਦੇ ਵਿੱਚ ਤਿਆਰ ਕਰਕੇ ਲਾਈ ਹੈ ਔਰ ਪ੍ਰੋਪਰ ਇਹਨੂੰ ਸਾਰੇ ਨੂੰ ਕਲਰ ਕਰਕੇ ਫਿਰ ਇਹ 10-15 ਸਾਲਾਂ ਵਾਸਤੇ ਸਟੈਚੂ ਨੂੰ ਕੋਈ ਦਿੱਕਤ ਨਹੀਂ ਗੀ ਇਸ ਤਰ੍ਹਾਂ ਕੋਈ ਵੀ ਸਟੈਚੂ ਆ ਜਿਹੜਾ ਛੱਤ ਦੇ ਨੀਚੇ ਹੈ ਉਹਨੂੰ 15-20 ਸਾਲਾਂ ਬਾਅਦ ਕਲਰ ਹੋ ਜਾਏ ਹਾਂਜੀ ਅਤੇ ਉਹ ਤਕਰੀਬਨ ਕੋਈ ਵੀ ਜਿਹੜਾ ਸੂਰਜ ਦੀ ਧੁੱਪ ਦੇ ਵਿੱਚ ਸਟੈਚੂ ਲੱਗਦਾ ਉਹਨੂੰ 3-4 ਸਾਲਾਂ ਬਾਅਦ ਰੀਪੇਂਟ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਕਰਕੇ ਇਹਨੂੰ ਅੱਜ ਅਸੀਂ ਰੀਪੇਂਟ ਕਰਕੇ ਅਤੇ ਪੂਰਾ ਵਧੀਆ ਬਣਾਵਾਂਗੇ ਜੀ ਨਵਾਂ ਹੀ ਬਣਾ ਦਿਆਂਗੇ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਅਤੇ ਆਪਣਾ ਲਾਈਕ ਕਰੋ ਸ਼ੇਅਰ ਕਰੋ ਬਹੁਤ ਧੰਨਵਾਦ ਜੀ।